ਕੌਣ ਬਣੇਗਾ ਕਰੋੜਪਤੀ ਸੋਨੀ ਦਾ ਸ਼ੋਅ ਹੈ ਜਿਸ ਵਿੱਚ ਹੁਣ ਲੁਧਿਆਣਾ ਦੀ ਧੀ ਜਿਹੜੀ ਹੈ ਪਹੁੰਚੀ ਹੈ ਉਸ ਦੇ ਵੱਲੋਂ ਲੱਖਾਂ ਰੁਪਏ ਜਿੱਤੇ ਗਏ ਹੈ ਲਗਾਤਾਰ ਦੂਸਰੇ ਦਿਨ ਲੁਧਿਆਣਾ ਦੀ ਐਂਟਰੀ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਹੋਈ ਹੈ ਬੀਤੇ ਦਿਨੀ ਲੁਧਿਆਣਾ ਦੇ ਇੱਕ ਹਲਵਾਈ ਦੇ ਵੱਲੋਂ ਲੱਖਾਂ ਰੁਪਏ ਜਿੱਤੇ ਗਏ ਸੀ ਤੇ ਹੁਣ ਲੁਧਿਆਣਾ ਦੀ ਧੀ ਦੇ ਵੱਲੋਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਲੱਖਾਂ ਰੁਪਏ ਜਿੱਤੇ ਗਏ ਹੈ ਇਹ 30 ਪੀ ਐਚ ਡੀ ਹੋਲਡਰ ਹੈ ਤੇ ਇਸ ਦੇ ਵੱਲੋਂ ਮਸ਼ਰੂਮਸ ਦੇ ਉੱਪਰ ਰਿਸਰਚ ਕੀਤੀ ਜਾ ਰਹੀ ਹੈ ਤੇ ਇਸ ਦੇ ਵੱਲੋਂ ਅਮਿਤ ਆਪ ਬਚਨ ਦੇ ਨਾਲ ਹੌਟ ਸੀਟ ਤੇ ਉੱਪਰ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਤੇ ਨਾਲ ਲੱਖ ਰੁਪਏ ਜਿੱਤੇ ਗਏ ਨੇ ਉਦੋਂ ਹੀ ਡਾਕਟਰ ਦਾ ਕੀ ਨਾਮ ਹੈ ਉਸ ਬਾਰੇ ਵੀ ਜਾਣਕਾਰੀ ਦਿੰਦੀ ਆ ਪਰ ਉਦੋਂ ਹੀ ਲਗਾਤਾਰ ਦੂਸਰੇ ਦਿਨ ਕੇਬੀਸੀ ਦੇ ਵਿੱਚ ਲੁਧਿਆਣਾ ਦੇ ਦੋ ਲੋਕਾਂ ਦੇ ਵੱਲੋਂ ਆਪਣਾ ਖਾਤਾ ਖੋਲਿਆ ਗਿਆ ਲੱਖ ਰੁਪਏ ਜਿੱਤੇ ਗਏ ਅਦਰਸਲ ਕੇ ਬੀਤੇ ਦਿਨ ਹੀ ਅਰਜੁਨ ਨਾਮ ਦੇ ਇੱਕ ਜਿਹੜੇ ਹਲਵਾਈ ਸੀ ਉਹਨਾਂ ਦੇ ਵੱਲੋਂ ਕੇਬੀਸੀ ਦੇ ਵਿੱਚ ਜਾਇਆ ਗਿਆ ਸੀ ਉਹਨਾਂ ਦੇ ਵੱਲੋਂ এবੀਸੀ ਦੇ ਵਿੱਚ ਲੱਖ ਰੁਪਏ ਜਿੱਤੇ ਗਏ ਨੇ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਿਸਰਚੈਂਟ ਅਸਿਸਟੈਂਟ ਜਿਹੜੀ ਆ ਡਾਕਟਰ ਐਨਾ ਗੋਇਲ ਹੈ ਹੋਟ ਸੀਟ ਤੇ ਪਹੁੰਚੀ ਹੈ ਉਹਨਾਂ ਦੇ ਵੱਲੋਂ ਅਮਿਤ ਆਪ ਬਚਨ ਦੇ ਨਾਲ ਗੱਲਬਾਤ ਕੀਤੀ ਗਈ ਸਵਾਲਾਂ ਦੇ ਜਵਾਬ ਦਿੱਤੇ ਆ ਉਹਨਾਂ ਨੇ ਤੇ ਨਾਲ ਉਹਨਾਂ ਨੇ 3.20 ਯਾਨੀ ਕਿ ਸਾਢੇ 3 ਲੱਖ ਲਗਭਗ ਜਿੱਤੇ ਗਏ ਦਰਸਲ ਉਹਨਾਂ ਦੇ ਵੱਲੋਂ ਦੋ ਜਿਹੜੀਆਂ ਲਾਈਫਲਾਈਨਸ ਪਹਿਲਾਂ ਹੀ ਵਰਤ ਲਈਆਂ ਗਈ ਸੀ 쇼 ਦੇ ਵਿੱਚ ਤੇ ਇੱਕ 쇼 ਜਿਸ ਦੀ ਕੀਮਤ 6 ਲੱਖ ਰੁਪਏ ਸੀ ਉਸ ਦਾ ਜਵਾਬ ਉਹ ਨਹੀਂ ਦੇ ਪਾਈ ਆ ਉਹਨਾਂ ਦਾ ਕਹਿਣਾ ਹੈ ਕਿ ਪੈਸਾ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਮੇਰਾ ਬਚਪਨ ਦਾ ਸੁਪਨਾ ਪੂਰਾ ਹੋਇਆ ਮੈਂ ਜਾਣਾ ਚਾਹੁੰਦੀ ਸੀ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਅਸੀਂ ਬਚਪਨ ਤੋਂ ਹੀ ਅਮਿਤab ਬਚਨ ਨੂੰ ਵੇਖਦੇ ਆਏ ਹਾਂ ਕਿਸ ਤਰੀਕੇ ਦੇ ਨਾਲ ਲੋਕੀ ਹੋਟ ਸੀਟ ਤੇ ਪਹੁੰਚਦੇ ਆ ਮੈਂ ਕਿੰਨੇ ਕ ਆਡੀਸ਼ਨ ਦਿੱਤੇ ਨੇ ਤੇ ਨਾਲ ਹੀ ਮੈਂ ਜਦੋਂ ਅਮਿਤab ਬਚਨ ਦੇ ਨਾਲ ਗੱਲਬਾਤ ਕੀਤੀ ਤਾਂ ਮੈਂ ਲਗਾਤਾਰ ਹੀ ਕੰਬ ਰਹੀ ਸੀ ਪਰ ਉਸ ਤੇ ਬਾਵਜੂਦ ਸਵਾਲਾਂ ਦੇ ਜਵਾਬ ਦਿੱਤੇ ਪਰ ਜਿਹੜਾ ਇਹ ਸ਼ੋਅ ਹੈ ਸ਼ੁੱਕਰਵਾਰ ਯਾਨੀ ਕਿ ਬੀਤੇ ਦਿਨ ਟੈਲੀਕਾਸਟ ਹੋਇਆ ਸੀ ਉਸ ਤੋਂ ਬਾਅਦ ਹੁਣ ਸੁਰਖੀਆਂ ਦੇ ਵਿੱਚ ਐਨਾ ਗੋਇਲ ਤੇ ਉਹਨਾਂ ਦੇ ਵੱਲੋਂ ਖਾਸ ਜਿਹੜੀ ਹੈ ਗੱਲਬਾਤ ਕਈ ਮੀਡੀਆ ਅਦਾਰਿਆਂ ਦੇ ਨਾਲ ਵੀ ਕੀਤੀ ਗਈ ਹੈ ਤੇ ਉਸ ਦੇ ਨਾਲ ਉਹਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਵੱਲੋਂ ਅਮਿਤab ਬਚਨ ਨੇ ਕਈ ਸਵਾਲ ਪੁੱਛੇ ਨੇ ਤਾਂ ਇੱਕ ਸਵਾਲ ਦਾ ਉਹ ਜਵਾਬ ਨਹੀਂ ਦੇ ਪਾਈ ਜਿਸ ਕਾਰਨ ਉਹ 6.5 ਲੱਖ ਨਹੀਂ ਜਿੱਤ ਪਾਈ ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੂੰ ਉਹ ਸਵਾਲ ਜਿਹੜਾ ਅਮਿਤab ਬਚਨ ਦੇ ਵੱਲੋਂ ਪੁੱਛਿਆ ਗਿਆ ਸੀ ਉਹ ਯਾਦ ਰਹੇਗਾ ਤੇ ਨਾਲ ਹੀ ਐਨਾ ਗੋਇਲ ਦਾ ਕਹਿਣਾ ਹੈ ਕਿ ਮੈਨੂੰ ਤਾਂ ਸੁਪਨਾ ਹੀ ਅਜੇ ਵੀ ਲੱਗ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੈਂ ਅਮਿਤਾਭ ਸਰ ਦੇ ਨਾਲ ਗੱਲਬਾਤ ਕੀਤੀ ਹੈ ਜਿਵੇਂ ਹੀ ਮੈਂ ਬੋਲਣਾ ਸ਼ੁਰੂ ਕੀਤਾ ਹੈ ਕਿ ਤਾਂ ਉਸ ਵੇਲੇ ਅਮਿਤਾਭ ਬਚਨ ਨੇ ਮੇ ਤੋਂ ਪਹਿਲਾਂ ਹੀ ਬੋਲ ਦਿੱਤਾ ਕਿ ਤੁਸੀਂ ਪੰਜਾਬੀ ਉਹ ਤੁਹਾਡੀ ਬੋਲਚਾਲ ਤੁਹ ਲੱਗ ਰਿਹਾ ਤੇ ਉਸ ਤੋਂ ਬਾਅਦ ਐਨਾ ਗੋਇਲ ਦਾ ਕਹਿਣਾ ਹੈ ਕਿ ਮੇਰੀ ਅੱਖਾਂ ਦੇ ਵਿੱਚ ਨਮੀ ਜੀ ਆ ਗਈ ਤੇ ਉਸ ਤੋਂ ਇਲਾਵਾ ਤੁਹਨ ਦੱਸ ਦਈਏ ਕਿ ਐਨਾ ਓਇਲ ਗੋਇਲ ਜਿਹੜੀ ਹੈ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਰਿਸਰਚਰ ਹੈ ਤੇ ਹੀ ਉਹ ਜਿਹੜਾ ਇਸ ਵੇਲੇ ਮਸ਼ਰੂਮਸ ਤੇ ਉੱਪਰ ਰਿਸਰਚ ਕਰ ਰਹੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਅਮਿਤਾ ਬਚਨ ਨੂੰ ਮਸ਼ਰੂਮ ਬਿਲਕੁਲ ਨਹੀਂ ਪਸੰਦ ਆ ਪਰ ਮੈਂ ਉਹਨਾਂ ਨੂੰ ਮਸ਼ਰੂਮ ਦੇ ਫਾਇਦੇ ਜ਼ਰੂਰ ਗਿਣਵਾ ਦਿੱਤੇ ਤਾਂ ਅਮਿਤਾ ਬਚਨ ਨੇ ਮੇ ਤੋਂ ਵਾਦਾ ਜ਼ਰੂਰ ਲਿਆ ਹੈ ਕਿ ਆਪਣੀ ਡਾਈਟ ਦੇ ਵਿੱਚ ਮਸ਼ਰੂਮਸ ਨੂੰ ਐਡ ਕਰਨਗੇ ਤੇ ਨਾਲ ਹੀ ਮੈਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਇਸ ਦੇ ਨਾਲ ਹੀ ਅਮਿਤਾ ਬਚਨ ਨੇ ਜਦੋਂ ਪੜਾਈ ਲਿਖਾਈ ਬਾਰੇ ਗੋਇਲ ਨਾਲ ਗੱਲ ਕੀਤੀ ਤਾਂ ਗੋਇਲ ਦਾ ਕਹਿਣਾ ਹੈ ਕਿ ਉਹ ਮਸ਼ਰੂਮਸ ਦੀ ਖੇਤੀ ਤੇ ਮਸ਼ਰੂਮਸ ਦੀ ਸਪੈਸ਼ਲ ਸਪੀਸੀ ਦੇ ਉੱਪਰ ਖਾਸ ਤੌਰ ਤੇ ਰਿਸਰਚ ਕਰ ਰਹੀ ਹੈ ਇਸ ਦਿਨ ਆ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਮਿਤਾਬ ਵਚਨ ਦੇ ਨਾਲ ਜਦੋਂ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਸ਼ਰੂਮਸ ਬਿਲਕੁਲ ਪਸੰਦ ਨਹੀਂ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪ੍ਰੋਮਿਸ ਜ਼ਰੂਰ ਦਿੱਤਾ ਹੈ ਕਿ ਉਹ ਮਸ਼ਰੂਮਸ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰਨਗੇ ਉੱਥੇ ਗੋਇਲ ਦਾ ਕਹਿਣਾ ਹੈ ਕਿ ਮੇਰਾ ਬਚਪਨ ਦਾ ਸੁਪਨਾ ਸੀ ਮੈਂ ਪਰਿਵਾਰ ਦੇ ਨਾਲ ਬੈਠ ਕੇ ਜ਼ਰੂਰ ਇਹ ਦੇਖਦੀ ਹੁੰਦੀ ਸੀ ਕੇਬੀਸੀ ਦਾ ਸ਼ੋਅ ਤਾਂ ਜਦੋਂ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਮੈਂ ਆਪਣੇ ਪਤੀ ਦੇ ਨਾਲ ਦੇਖਦੀ ਐ ਪਰ ਜਿਵੇਂ ਹੀ ਮੇਰੀ ਹੌਟ ਸੀਟ ਦਾ ਸਿਲੇਕਸ਼ਨ ਹੁੰਦੀ ਹੈ ਮੇਰੇ ਪਤੀ ਦੇ ਵੱਲੋਂ ਪੂਰੇ ਪੇੜ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ੋਰ ਨਾਲ ਚਲਾਇਆ ਜਾਂਦਾ ਉਸ ਤੋਂ ਬਾਅਦ ਅਮਿਤਾ ਬਚਨ ਜਦੋਂ ਮੇਰੇ ਨਾਲ ਗੱਲ ਕਰਦੇ ਤਾਂ ਜ਼ਰੂਰ ਪੁੱਛਦੇ ਨੇ ਕੌਣ ਨੇ ਜਿਹੜੇ ਕਿ ਇੰਨੇ ਜ਼ਿਆਦਾ ਤੁਹਾਡੇ ਇੱਥੇ ਤੱਕ ਪੁੱਜਣ ਦੇ ਵਿੱਚ ਖੁਸ਼ ਹੋਏ ਨੇ ਤੇ ਉਸ ਤੋਂ ਬਾਅਦ ਐਨਾ ਕਹਿੰਦੀ ਹੈ ਕਿ ਇਹ ਮੇਰੇ ਪਤੀ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ 6.40 ਲੱਖ ਰੁਪਏ ਦਾ ਸਵਾਲ ਸੀ ਜ਼ਿੰਦਗੀ 'ਚ ਉਹ ਭੁੱਲੇਗੀ ਨਹੀਂ ਜਿਸ ਦਾ ਉਹਨਾਂ ਨੇ ਦੱਸਿਆ ਕਿ ਇਹ ਸਵਾਲ ਸੀ ਜੋ ਮੈਨੂੰ ਅਮਤਾਬਚਨ ਨੇ ਪੁੱਛਿਆ ਸੀ ਕਿ FIFA ਦੇ ਮੈਨੇਜਰ ਜਿਹੜੇ ਨੇ ਉਹਨਾਂ ਦੇ ਵੱਲੋਂ ਇੰਡੀਆ ਦੇ ਵਿੱਚ AIFF 2023 ਦਾ ਉਦਘਾਟਨ ਕੀਤਾ ਗਿਆ ਇਸ ਸਵਾਲ ਦਾ ਜਵਾਬ ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹ 6.20 ਲੱਖ ਰੁਪਏ ਨਹੀਂ ਜਿੱਤ ਪਾਈ ਸੀ ਤੇ ਇਸ ਦਾ ਮਲਾਲ ਉਹਨਾਂ ਨੂੰ ਪੂਰੀ ਜ਼ਿੰਦਗੀ ਰਹੇਗਾ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਹੁਣ ਜ਼ਿੰਦਗੀ ਦਾ ਸੁਪਨਾ ਪੂਰਾ ਹੋ ਗਿਆ ਐ ਮੈਂ ਅਮિતા ਵਚਨ ਦੇ ਨਾਲ ਗੱਲਬਾਤ ਕਰ ਲਈ ਹੌਟ ਸੀਟ ਤੇ ਪਹੁੰਚ ਗਈ ਸ਼ੋਰ ਟੈਲੀਕਾਸਟ ਹੋ ਗਿਆ ਸਾਰੇ ਮੇਰੇ ਨਾਲ ਗੱਲਬਾਤ ਕਰ ਰਿਹਾ ਅਮિતા ਵਚਨ ਦੇ ਨਾਲ ਮੈਂ ਬੈਠ ਕੇ ਕੁਝ ਪਲ ਗੱਲਬਾਤ ਕੀਤੀ ਹੈ ਮੇਰੀ ਜ਼ਿੰਦਗੀ ਦਾ ਸੁਪਨਾ ਸੀ ਜਿਸ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਸੀ ਤੇ ਨਾਲ ਹੀ ਮੇਰੇ ਪਤੀ ਵੀ ਮੌਜੂਦ ਸਨ ਉਹਨਾਂ ਨੇ ਮੇਰੀ ਐਤ ਤੱਕ ਪੁੱਜਣ ਦੇ ਵਿੱਚ ਮਦਦ ਕੀਤੀ ਹੈ ਤਾਂ ਉੱਥੇ ਹੀ ਐਨਆ ਇਸ ਵੇਲੇ ਕਾਫੀ ਜ਼ਿਆਦਾ ਸੁਰਖੀ ਦੇ ਵਿੱਚ ਹੈ ਤੇ ਨਾਲ ਦੂਸਰੇ ਦਿਨ ਵੀ ਲੁਧਿਆਣਾ ਦਾ ਖਾਤਾ ਖੁੱਲਿਆ ਹੈ ਕੇਬੀਸੀ ਦੇ ਵਿੱਚ ਆ ਪੀਤੇ ਦਿਨੀ ਹਲਵਾਈ ਜਿਹੜੇ ਸੀ ਅਰਜਨ ਸਿੰਘ ਜਿਹੜੇ ਐ ਕੇਬੀਸੀ ਦੇ ਵਿੱਚ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਉਹਨਾਂ ਦਾ 23 ਸਾਲ ਦਾ ਸੁਪਨਾ ਜਿਹੜਾ ਪੂਰਾ ਹੋਇਆ ਤੇ ਹੁਣ ਇਹਨਾਂ ਦਾ ਕਹਿਣਾ ਹੈ ਮੈਂ ਬਚਪਨ ਤੋਂ ਕੇਬੀਸੀ ਦੇਖ ਰਹੀ ਸੀ ਤੇ ਅੱਜ ਮੇਰਾ ਇਹ ਸੁਪਨਾ ਪੂਰਾ ਹੋ ਗਿਆ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ এবੀਸੀ ਪੰਜਾਬ ਦੇ ਨਾਲ